सलाम वालेकुम जी, मेरा नाम जी खालिद गुजर है जी, ते साडा इत्थे पिंड है 254 आला सिंह, ते ए ट्रैक्टर असीं बड़े शौक नाल तैयार करवाया स्पैशल मेले वास्ते, ते साडे कोल पहले 240 सी मैसी, वो वेच के असीं इह लिया कि साडे बाप दादा ने कहा सी कि ट्रैक्टर ते मझां लाजमी रखणियां, ते असीं प्यार करदे इहदे नाल, ते असीं अपने बापू दी निशानी वी नाल। ਇਹ ਦੇਖ ਲਓ ਜੀ, ਜਦੋਂ ਇੰਡੀਆ 'ਚੋਂ ਆਏ ਸੀ ਨਾ, ਇਹ ਬੱਤੀ ਉਹਨਾਂ ਦੇ ਕੋਲ ਸੀ, ਇੱਥੇ ਆਏ ਇੱਥੇ ਉਹਨਾਂ ਡੈਥ ਹੋ ਗਈ, ਤੇ ਫਿਰ ਅਸੀਂ ਸੰਭਾਲ ਕੇ ਰੱਖੀ ਹਰ ਸ਼ੈ। ਪਾਣੀ ਲਾਉਂਦੇ ਹੁੰਦੇ ਸੀ, ਬਿਲਕੁਲ 85 ਖੜਾ ਕੀਤਾ ਹੋਇਆ, ਬੜਾ ਪਿਆਰ ਹੈ ਟਰੈਕਟਰ ਨਾਲ, ਤੇ ਇਹਨਾਂ ਦਾ ਟਰੈਕਟਰ ਦੇਖ ਕੇ ਬੜਾ ਦਿਲ ਖੁਸ਼ ਹੋਇਆ ਜੀ, ਤੇ ਇਨਸ਼ਾਅੱਲਾ ਇਦਾਂ ਹੀ ਰੌਣਕਾਂ ਲੱਗਦੀਆਂ ਰਹਿਣਗੀਆਂ ਪੰਜਾਬ ਦੇ ਵਿੱਚ। ਸੋਹਣੇ ਲੱਗਦੇ ਜੀ, ਮਾਹੌਲ ਆਪਣਾ ਕਲਚਰ ਹੈ, ਚੜ੍ਹਦੇ ਪੰਜਾਬ ਅਸੀਂ ਸ਼ੌਕ ਪੂਰਾ ਕੀਤਾ, ਬਿਲਕੁਲ ਬਿਲਕੁਲ ਜੀ, ਯੂਟਿਊਬਰ ਪੁਰਾਣੇ ਵੀਡੀਓ ਬਣਾਏ ਚੜ੍ਹਦੇ, ਫਿਰ ਪਸੰਦ ਕਰਦੇ ਆ ਜੀ, ਲੋਕੀ ਪਸੰਦ ਕਰਦੇ ਆ, ਇਹ ਤੇ ਸਾਡੇ ਖੂਨ ਚ ਰਸੀਆਂ ਹੋਈਆਂ ਚੀਜ਼ਾਂ ਜੀ, ਅਸੀਂ ਪੰਜਾਬੀ ਲੋਕ ਆ ਤੇ ਇਸ ਚੀਜ਼ਾਂ ਦਾ ਪਸੰਦ ਕਰਦੇ ਆ, ਪਿਆਰ ਕਰਦੇ ਆ, ਤੇ ਇੱਥੇ ਲੋਕਾਂ ਨੇ ਬੜਾ ਪਿਆਰ ਦਿੱਤਾ, ਬੜੇ ਬੜੇ ਸੋਹਣੇ ਟਰੈਕਟਰ ਆਏ ਆ ਜੀ। ਤੁਹਾਡਾ ਸਭ ਕੁਝ ਜਾਣਦੇ ਆ ਜੀ, ਤੁਹਾਡਾ ਸਭ ਥੋੜਾ ਜਿਹਾ ਟਰੈਕਟਰ ਬਾਰੇ ਸਾਨੂੰ ਦੱਸੋ ਜੀ। ਅਸਲਾਮ ਅਲੈਕਮ ਦੋਸਤੋ, ਵੀਰੋ ਸਜਣੋ, 85 ਟਰੈਕਟਰ ਜਨਾਬੇ ਜੀ, ਉਹਨਾਂ ਗੁਜਰਾਂ ਦਾ ਝੋਟਾ ਬਣਾਇਆ, ਤੇ ਝੋਟੇ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਤਾਕਤਵਰ ਹੁੰਦਾ ਟਰੈਕਟਰ, ਤੇ ਉਹਨਾਂ ਨੇ ਜਨਾਬੇ ਵਾਲੀ ਇਨਸ਼ਾਅੱਲਾ ਲੋਕੀ ਆਦੇ ਨੇ ਕੱਟਾ ਖੁੱਲਿਆ, ਉਹਨਾਂ ਜਨਾਬ ਝੋਟਾ ਹੀ ਖੋਲ ਦਿੱਤਾ, ਤੇ ਕੱਟਾ ਜਿਹੜਾ ਹੁੰਦਾ ਤੁਹਾਨੂੰ ਪਤਾ ਹੈ ਵੀ ਕੱਟਾ ਜਿਹੜਾ ਉਹ ਬੰਨੇ ਦਾ, ਮੈਨੂੰ ਸ਼ੱਕ ਪੈਂਦਾ ਜਨਾਬੇ ਵਾਲੀ ਕੋਈ ਮਧਾ ਹੀ ਬੰਦਾ ਬਣ ਸਕਦਾ, ਆਪਣੇ ਕੋਲ ਤਾਂ ਨਹੀਂ ਬਣਦਾ ਹੈ, ਤੇ ਬਾਕੀ ਦਾ ਸ਼ੌਕ ਦਾ ਮੁੱਲ ਕੋਈ ਨਹੀਂ, ਉਹਨਾਂ ਜਨਾਬ ਪੂਰਾ ਆਪਣਾ ਬੂਫਰ ਵਗੈਰਾ ਲਾਏ ਨੇ, ਤੇ ਟਰੈਕਟਰ ਨੂੰ ਬੰਪਰ ਵੀ ਲਾਏ ਆ, ਛੱਤ ਨਹੀਂ ਲਾਈ ਕਿਉਂਕਿ ਉਹਨਾਂ ਦੇ ਬੂਫਰ ਬਹੁਤ ਵੱਡੇ ਲਾਏ ਨੇ, ਤੇ ਸ਼ੌਕ ਦਾ ਮੁੱਲ ਕੋਈ ਨਹੀਂ, ਸ਼ੌਕ ਕਰਨਾ ਹੋਵੇ ਤਾਂ ਫਿਰ ਪੈਸੇ ਨੂੰ ਬੰਦਾ ਵਹਿੰਦਾ ਕੋਈ ਨਹੀਂ। ਦਬੰਗ ਭਾਜੀ 85 ਤੋਂ ਜਿਹੜਾ ਨਾ ਜੀ, ਉਹ ਫਿਰ ਲਾਲ ਤਗੜਾ ਉਹਦਾ ਬਦਲ ਜ਼ਿਆਦਾ, ਉਹ ਸਰ ਆਪਣੀ ਸਰ ਮਿਆਰ ਤੋਂ ਇਲਾਵਾ ਹਰ ਕੋਪੜੀ ਦਾ ਆਪਣਾ ਸਿਸਟਮ ਹੁੰਦਾ, ਇੱਕ ਬੰਦਾ ਜਿਹੜਾ ਉਹ ਆਪਣੀ ਚੀਜ਼ ਬਣਾਉਂਦਾ, ਇੱਕ ਆਪਣਾ ਬਣਾਉਂਦਾ, ਦਬੰਗ ਦਾ ਵਜ਼ਨ ਮੈਂ ਜ਼ਿਆਦਾ ਕੀਤਾ, ਇਸ ਨਾਲ ਉਹ 85 ਨੂੰ ਹਾਈ ਮੈਂ ਛਿੱਕ ਲੈਂਦਾ, ਤੇ ਬਾਕੀ 85 ਨਾਲ 85 ਦਾ ਜੋੜ ਪੈਣਾ, ਜੇ ਦਬੰਗ ਦਾ ਪਾਇਆ ਜਾਵੇ ਤੇ ਜਿੰਨਾ ਵੇਟ ਦਬੰਗ ਦਾ ਹੋਵੇ ਨਾ ਜੀ, ਉਨਾ ਹੀ ਵੇਟ ਇਹਨੂੰ ਦਿੱਤਾ ਜਾਵੇ, ਤੇ ਫਿਰ ਇਹਨੂੰ ਲੈਣ ਜਾਣ ਦਿੰਦਾ। ਮਾਸ਼ਾਅੱਲਾ ਤੁਸੀਂ ਗਾਦੀ ਦੀ ਬਦਹੋਈ ਕਰਦਾ, ਨਹੀਂ ਗਾਦੀ ਦਾ ਡਰਾ ਲੱਗਦਾ ਜਿਹੜਾ ਡਰਾਈਵਰ ਹੈ ਨਾ ਜੀ, ਉਹ ਜ਼ਰੂਰ ਕਰੇਗਾ, ਤੇ ਰੂਸੀ ਟਰੈਕਟਰ ਬਾਦਸ਼ਾਹ ਭਰਾ ਲਵਾਣੇ ਹੁਣ ਸਾਰਾ ਦਿਨ। ਟਰਾਲਿਆਂ ਦੇ ਹੈ ਵੀ ਉਹ ਨੀ ਕਰ ਸਕਦਾ ਕਿਉਂਕਿ ਹਿੱਸਾ ਕਮਜ਼ੋਰ ਹੁੰਦਾ, ਹਰ ਸ਼ਹਿਰ ਚ ਆਪਣਾ ਆਪਣਾ ਨਿਜ਼ਾਮ ਹੁੰਦਾ, ਸਾਡੇ ਇਲਾਕੇ ਦੇ ਵਿੱਚ ਅਸੀਂ ਤੈਨੂੰ ਪ੍ਰੈਫਰ ਕਰਨੇ ਆ ਕਿਉਂਕਿ ਸਾਰਾ ਕੰਮ ਹੀ ਟਰਾਲਿਆਂ ਦਾ, ਖੇੜਾ ਕੱਢਣ ਦਾ ਸਾਰਾ ਕੰਮ, ਬ੍ਰੇਕ ਤੇ ਘੁਮਾਉਣਾ, ਇਹ 85 ਦੇ ਕੰਮ ਹੈ, ਤੇ ਜਿਹੜਾ ਜ਼ਿਆਦਾ ਇਲਾਕੇ ਜਿਹਨਾਂ 'ਚ ਟਰਾਲੇ ਦੂਜੇ ਨੇ ਅੱਗੇ ਟਾਇਰਾਂ ਵਾਲੇ, ਉਹਨਾਂ ਨੂੰ ਦਬੰਗ ਵਗੈਰਾ ਰੂਸੀ ਵਗੈਰਾ ਜ਼ਿਆਦਾ ਬੰਦੇ ਪਸੰਦ ਕਰਦੇ ਨੇ। ਹਾਂਜੀ, ਸਰ ਜੀ ਸਾਡੇ ਹਿਸਾਬ ਨਾਲ ਜਿਹਦੇ 'ਚ ਕਮੀ ਕੋਈ ਨਹੀਂ, ਬਸ ਥੋੜ੍ਹਾ ਜਿਹਾ ਦੇਗ ਨੂੰ ਪ੍ਰੋਬਲਮ ਜਿਹੜੀ ਆ ਰਹੀ ਕਦੇ ਕਦੇ, ਕਦੀ ਕਦੀ ਕੋਈ ਮਸਲਾ ਬਣਦਾ, ਤੇ ਦੇਗ ਤੇ ਕੰਪਰੋਮਾਈਜ਼ ਨਾ ਕਰਨ, ਥੋੜ੍ਹਾ ਜਿਹਾ ਟਰੈਕਟਰ ਦਾ ਵਜ਼ਨ ਵਧਾ ਦੇਣ, ਦੇਗ ਜਿੱਥੇ ਮਜ਼ਬੂਤ ਹੀ ਕਰ ਦੇਣ ਜਿੱਥੇ ਜ਼ਿਆਦਾ ਪ੍ਰੋਬਲਮ ਹੈ, ਬਾਕੀ ਇੰਜਨ 'ਚ ਕੋਈ ਪ੍ਰੋਬਲਮ ਨਹੀਂ, ਜ਼ੋਰ ਪੂਰਾ ਲਾਉਂਦਾ, ਪੂਰਾ ਕੰਮ ਕਰਦਾ ਹਰ ਕਿਸਮ ਦਾ, ਸਾਨੂੰ ਤਾਂ ਇਹਦੇ ਵਿੱਚ ਕੋਈ ਨਹੀਂ ਐਸਾ, ਬ੍ਰੇਕ ਹੈ ਪੂਰੀ ਜ਼ਿੰਦਗੀ, ਟਰੈਕਟਰ ਖਰਾਬ ਹੋ ਜਾਵੇ ਬ੍ਰੇਕ ਨਹੀਂ ਜਾਂਦੀ, ਫੀਟ ਵਾਲੇ ਬ੍ਰੇਕ ਸਾਲ ਬਾਅਦ ਨਵੀਂ ਪਵਾਉਣੀ ਪੈਂਦੀ ਹੈ। ਨਹੀਂ ਸਾਰੇ ਆਟੋਮੈਟਿਕ ਹੈ, ਹਾਂਜੀ, ਕਿਉਂਕਿ ਜੇ ਬੰਨਾ ਹੋਣਾ ਇਹਨੇ ਟਰੈਕਟਰ ਉੱਚਾ ਹੋਣਾ ਤੇ ਆਟੋਮੈਟਿਕ ਚੁੱਕੇ ਜਾਣ ਦੇ, ਦੂਜਾ ਟਰੈਕਟਰ ਜਿਹੜਾ ਉਹ ਇਹ ਕੰਮ ਨਹੀਂ ਕਰਦਾ, ਇਹ ਆਟੋਮੈਟਿਕ ਜਿਹੜਾ ਟਰੈਕਟਰ ਨੇ ਲੋਡ ਪੈਣਾ ਮਗਰੋਂ ਸਪਰਿੰਗ ਨੇ ਤਾਕਤ ਮਾਰਨੀ ਹੈ, ਆਲ ਚੁੱਕੇ ਜਾਣੇ ਨੇ, ਇਹ ਜਿਹੜਾ ਕਮਾਲ ਹੈ। ਹਾਂਜੀ, ਜਿਹੜਾ ਜਿਹੜਾ ਦੂਸਰਾ ਨਾ ਜੀ ਆਪਣਾ ਕਮਾਨੀ ਵਾਲਾ ਵੱਡੇ ਫੀਡ ਦਾ, ਉਹ ਕਮਾਨੀ ਵਾਲਾ ਇੰਨਾ ਕੰਮ ਨਹੀਂ ਕਰਦਾ ਜਿੰਨਾ ਇਹ ਕਰਦਾ।
बिलकुल जो तड़ कुछ है विके ना जी सब्जियां ना विकन तो सारा दिन बंदे पानी पा पा के चमकांदे ने ते अगर उंदे विक जावे ते बोरी कट के जान दियो ते जदों इह विकदा बेशुमार है ते उह अंदर जान दियो ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਚਾਹੀਦਾ ਭਾਵੇਂ ਟਰੈਕਟਰ ਇੱਕ ਵਿਕੇ ਭਾਵੇਂ ਹਜ਼ਾਰ ਵਿਕੇ ਕੰਪਰੋਮਾਈਜ਼ ਜ਼ਰੂਰ ਕਰਨ ਪੇਂਟ ਕੁਆਲਿਟੀ ਦੇ ਵਿੱਚ ਟੈਸਟਿੰਗ ਦੇ ਵਿੱਚ ਹਰ ਕਿਸਮ 'ਚ ਓਕੇ ਦੀ ਰਿਪੋਰਟ ਕਰਨ ਇੱਕ ਟਰੈਕਟਰ ਵੀ ਪ੍ਰੋਬਲਮ ਕਰਦਾ ਸਾਰੇ ਲਾਂਤਾ ਪੈਂਦੀਆਂ ਨੇ ਬਾਕੀ एडजस्टमेंट होनी थी थोड़ी अगे होना बह जानी थी फिटिंग वाले बेली जिहड़े ने जी जल्दी जल्दी ट्रैक्टर फिट करिए काम ठेके ते हो रहा ट्रैक्टर जल्दी जल्दी फिट करिए बाहर कढ़ीए एक बंदा मिलत वाला कोल होना चाहिए जिहड़ा ट्रैक्टर दे इहदे नुक्स कढ़े ट्रैक्टर कोई भी बाहर निकल के बंदा निंद जावे भी आ फलानी जगह तू कसूर है साडी रिक्वायरमेंट के मुताबिक ट्रैक्टर यही होवे दा फिटिंग असीं करावांगे कोई प्रॉब्लम आवे ते आखण दे हां वे गल कर नुकसान बहुत हो रहा कोई मोटिफिकेशन नहीं करनी मैं जहाज बना के देना गल करने का मकसद जो बंदा जो महकमा शो फिट कर रहा जो हिस्सा कर रहा को खलो के समझानी गल बाकी खर्चा जो रेट इजाफी खर्च को नहीं होना बाकी गला बह गया मेरा जनाब हूं हां जी वेखो जनाबे शौक जनाबे 800 स्पीकर लगे ने नहीं भाजी ये चलाया बंदे हिल जाते ने मगर वेखो जी पुत्र बनवाजा चेक करो जी अपना उन्होंने लाया जनाबे एडा सोहना नहीं लगा जिडा कुधर लगे सोने टायर एस्टम जनाब खिचाई के हिसाब न पैली वास्ते जो पैंथर है ना जी एस्टम वो एक नंबर से जा रहा है पैंथर ते जरनल बड़ी संभाल के रखी सी बड़ी गल है जी गुजरां वास्ते एक जनाबे वाली नारा बनदा कि गुजरां ने अपने प्यो की निशानी सांभी है कोई कोई प्यो ना प्यार करदा है लब्बा गया तो समान भी गया गुजर साहब का एप्रीशिएट तुहानू कर रहे हैं खुशी होई है जनाब गुजर साहब जिंदाबाद पाकिस्तान जिंदाबाद आखिरी जुमले के नाल वसदे रहो सजना तुहाडा भरा इजाजत बड़ी गल है जी।